ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨੀਟਿੰਗ ਆਰਟ 'ਤੇ ਤੁਹਾਡਾ। ਅੱਜ ਮੈਂ ਦੋ ਦੋ ਕੁੰਡਿਆਂ 'ਤੇ ਪੈਣ ਵਾਲਾ ਇੱਕ ਡਿਜ਼ਾਇਨ ਲੈਕਰ ਆਈ ਹਾਂ। ਸਿੱਧੀਆਂ ਲਾਈਨਾਂ ਵਿੱਚ ਡਿਜ਼ਾਇਨ ਪੈਂਦਾ। ਪੁੱਠੀ ਸਿਲਾਈ ਇੱਕ ਮੈਂ ਪਾ ਲਈ ਹੈ ਕੁੰਡੇ ਪਾਉਣ ਤੋਂ ਬਾਅਦ, ਵੀ ਕੁੰਡੇ ਸਿੱਧੇ ਹੋ ਜਾਣ। ਇਹਦੇ ਵਿੱਚ ਮੈਂ ਇੱਕ ਕੁੰਡਾ ਪੁੱਠਾ ਰੱਖਿਆ ਅਤੇ ਦੋ ਦੋ ਕੁੰਡੇ ਸਿੱਧੇ ਰੱਖੇ। ਇਸ ਤਰ੍ਹਾਂ ਇਹ ਡਿਜ਼ਾਇਨ ਬਣਾਇਆ। ਅਤੇ ਅੱਗੇ ਸ਼ੁਰੂ ਕਰਦੇ ਡਿਜ਼ਾਇਨ ਬਣਾਉਣ। ਪੁੱਠਾ ਕੁੰਡਾ ਇੱਕ ਇਸ ਤਰ੍ਹਾਂ ਬੁਣ ਲਿਆ। ਇਹ ਪੁੱਠੇ ਕੁੰਡੇ ਆਪਾਂ ਗੈਪ ਵਾਸਤੇ ਰੱਖੇ ਆ। ਇਸ ਨੂੰ ਆਪਾਂ ਜਿੰਨੇ ਮਰਜ਼ੀ ਰੱਖ ਸਕਦੇ ਹਾਂ, ਦੋ ਜਾਂ ਤਿੰਨ ਨੂੰ, ਜਾਂ ਫਿਰ ਇੱਕ ਵੀ ਰੱਖ ਸਕਦੇ ਹਾਂ। ਇਸ ਤਰ੍ਹਾਂ ਦੋ ਕੁੰਡਿਆਂ ਦੇ ਵਿਚਾਲ ਦੀ ਇੱਕ ਕੁੰਡਾ ਚੱਕਣਾ ਔਰ ਆ ਦੋ ਕੁੰਡਿਆਂ ਦਾ ਇੱਕ ਕਰਨਾ। ਇਸ ਤਰ੍ਹਾਂ ਤਿੰਨ ਸਿਲਾਈਆਂ ਦਾ ਇਹ ਡਿਜ਼ਾਇਨ ਹੈ। ਇੱਦਾਂ ਦੋ ਕੁੰਡਿਆਂ ਦੇ ਵਿਚਾਲ ਦੀ ਇਸ ਤਰ੍ਹਾਂ ਇੱਕ ਕੁੰਡਾ ਚੱਕਣਾ, ਇੱਕ ਬਲ ਦੇਣਾ ਔਰ ਦੋ ਦਾ ਇੱਕ। ਇੱਦਾਂ ਕੁੰਡਾ ਪੁੱਠਾ ਪੁੱਠੇ ਪਾਸੇ ਤੋਂ ਜਿਹੜੇ ਕੁੰਡੇ ਸਿੱਧੇ ਹੈ ਉਹਨਾਂ ਨੂੰ ਆਪਾਂ ਸਿੱਧੇ ਬੁਣਾਂਗੇ। ਇੱਦਾਂ ਜਿਹੜੇ ਪੁੱਠੇ ਆ ਉਹਨਾਂ ਨੂੰ ਦੋ ਕੁੰਡਿਆਂ ਨੂੰ ਪੁੱਠੇ। ਇਸ ਤਰ੍ਹਾਂ ਇਹ ਦੋ ਕੁੰਡੇ ਅਸੀਂ ਪੁੱਠੇ ਬੁਣ ਲੈਣੇ, ਇੱਕ ਕੁੰਡਾ ਅਸੀਂ ਬਿਨਾਂ ਬੁਣੇ ਚੱਕ ਲੈਣਾ। ਇਸ ਤਰ੍ਹਾਂ ਫਿਰ ਧਾਗਾ ਪਿੱਛੇ ਲਿਜਾ ਕੇ ਇੱਕ ਕੁੰਡਾ ਸਿੱਧਾ। ਇੱਦਾਂ ਇਹ ਦੋ ਕੁੰਡੇ ਬੁਣ ਲਏ, ਇੱਕ ਕੁੰਡਾ ਬਿਨਾਂ ਬੁਣੇ ਚੱਕ ਲਿਆ, ਫਿਰ ਇੱਕ ਕੁੰਡਾ ਸਿੱਧਾ, ਦੋ ਕੁੰਡੇ ਪੁੱਠੇ ਬੁਣ ਕੇ ਇੱਕ ਕੁੰਡਾ ਬਿਨਾਂ ਬੁਣੇ ਚੱਕ ਲਿਆ, ਫਿਰ ਇੱਕ ਸਿੱਧਾ। ਤੀਸਰੀ ਸਿਲਾਈ ਹੈ ਇੱਕ ਕੁੰਡਾ ਪੁੱਠਾ ਬੁਣਨਾ, ਧਾਗਾ ਪਿੱਛੇ ਲੈ ਜਾਣਾ। ਉਹਨਾਂ ਵਾਲਾ ਕੁੰਡਾ ਜਿਹੜਾ ਬਿਨਾਂ ਬੁਣੇ ਚੱਕਿਆ ਸੀ ਇਸ ਨੂੰ ਇਸੇ ਤਰ੍ਹਾਂ ਹੀ ਬਿਨਾਂ ਬੁਣੇ ਚੱਕ ਕੇ ਆ ਦੋ ਕੁੰਡਿਆਂ ਦੇ ਵਿਚਾਲ ਦੀ ਪਹਿਲਾਂ ਦੀ ਤਰ੍ਹਾਂ ਇੱਦਾਂ ਇੱਦਾਂ ਤਿੰਨ ਕੁੰਡੇ ਬਣ ਗਏ। ਆਹ ਜਿਹੜਾ ਕੁੰਡਾ ਹੈਗਾ ਇਸ ਨੂੰ ਇਹਨਾਂ ਤਿੰਨਾਂ ਦੇ ਉੱਪਰ ਦੀ ਇੱਦਾਂ ਉਤਾਰਨਾ। ਫਿਰ ਕੁੰਡਾ ਪੁੱਠਾ ਇਸ ਨੂੰ ਆਪਾਂ ਬਿਨਾਂ ਬੁਣੇ ਉਤਾਰਿਆ, ਆ ਦੋ ਕੁੰਡਿਆਂ ਦੇ ਵਿੱਚ ਦੀ ਇੱਦਾਂ ਇਸ ਕੁੰਡੇ ਨੂੰ ਉੱਪਰ ਦੀ ਇਸ ਤਰ੍ਹਾਂ ਛੱਡ ਦੇਣਾ। ਫਿਰ ਕੁੰਡਾ ਇਸ ਤਰ੍ਹਾਂ ਬਣਿਆ ਹੋਇਆ ਡਿਜ਼ਾਇਨ ਬਹੁਤ ਸੋਹਣਾ ਲੱਗਦਾ। ਇੱਕ ਸਿਲਾਈ ਹੋਰ ਪਾਉਣ ਤੋਂ ਬਾਅਦ ਮੈਂ ਤੁਹਾਨੂੰ ਬਣਿਆ ਹੋਇਆ ਡਿਜ਼ਾਇਨ ਦਿਖਾਉਂਦੀ ਹਾਂ। ਇਸ ਕਲਰ 'ਤੇ ਵੀ, ਦੂਜੇ ਕਲਰ 'ਤੇ ਵੀ ਇੱਕ ਮੈਂ ਬਣਾਇਆ ਹੋਇਆ। ਪਹਿਲਾਂ ਦੀ ਤਰ੍ਹਾਂ ਹੀ ਅਸੀਂ ਸਿਲਾਈ ਪੂਰੀ ਕਰਨੀ ਹੈ। ਦੋ ਕੁੰਡੇ ਪੁੱਠੇ, ਇੱਕ ਕੁੰਡਾ ਬਿਨਾਂ ਬੁਣੇ ਉਤਾਰਨਾ, ਧਾਗਾ ਪਿੱਛੇ, ਇੱਕ ਕੁੰਡਾ ਸਿੱਧਾ, ਦੋ ਪੁੱਠੇ, ਇਸ ਤਰ੍ਹਾਂ ਇਸੇ ਤਰ੍ਹਾਂ ਹੀ ਇਹ ਡਿਜ਼ਾਇਨ ਉੱਪਰ ਬਣਦਾ ਜਾਣਾ। ਬਣਿਆ ਹੋਇਆ ਡਿਜ਼ਾਇਨ ਮੈਂ ਤੁਹਾਨੂੰ ਦੱਸਣੀ ਹੈ ਕਿ ਇਹ ਦੇਖੋ ਇੱਦਾਂ ਦਾ ਲੱਗੇਗਾ।
ਤੇ ਜੇ ਕਰਕੇ ਡਿਜ਼ਾਈਨ ਤੁਹਾਡੇ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।